ਟੋਰਾਂਟੋ ਵਿੱਚ ਇੱਕ ਹੈਰਾਨੀਜਨਕ ਮਾਮਲਾ ਵਾਪਰਿਆ ਜਿੱਥੇ ਇੱਕ ਘਰ ਦੇ ਮਾਲਕ ਕੁਝ ਦਿਨ ਦੇ ਲਈ ਬਾਹਰ ਗਏ ਤਾਂ ਪਿੱਛੇ ਤੋਂ ਉਹਨਾਂ ਦਾ ਘਰ ਕਿਸੇ ਨੇ ਵੇਚ ਦਿੱਤਾ। ਦੋ ਜਣਿਆਂ ਨੇ ਇਹ ਘਪਲਾ ਕੀਤਾ ਜਦੋਂ ਘਰ ਦੇ ਅਸਲ ਮਾਲਕ ਇੱਕ ਬਿਜ਼ਨਸ ਟ੍ਰਿਪ ਦੇ ਲਈ ਵਿਦੇਸ਼ ਗਏ ਹੋਏ ਸਨ। ਵੀਰਵਾਰ ਨੂੰ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਜਦਕਿ ਇਹ ਮਾਮਲਾ ਜਨਵਰੀ 2022 ਦੇ ਵਿੱਚ ਵਾਪਰਿਆ। ਐਟੋਬਿਕੋ ਖੇਤਰ ਵਿੱਚ ਇਹ ਵਾਪਰਿਆ ਜਿਸ ਤੋਂ ਬਾਅਦ ਪੁਲਿਸ ਦੋ ਜਣਿਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਇਹ ਫਰਾਡ ਕੀਤਾ, ਜਿਨ੍ਹਾਂ ਦੀਆਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਜਿਨ੍ਹਾਂ ਨੇ ਰੈਲਟਰ ਨੂੰ ਹਾਇਰ ਕੀਤਾ ਤੇ ਪ੍ਰਾਪਰਟੀ ਨੂੰ ਸੇਲ ਤੇ ਲਗਾ ਦਿੱਤਾ ਸੀ, ਜੋ ਫਰਾਡ ਨਾਲ ਘਰ ਨੂੰ ਵੇਚਣ ਵਿੱਚ ਕਾਮਯਾਬ ਵੀ ਹੋ ਗਏ ਤੇ ਨਵੇਂ ਮਾਲਕਾਂ ਨੇ ਘਰ ਵਿੱਚ ਰਹਿਣਾ ਸ਼ੁਰੂ ਵੀ ਕਰ ਦਿੱਤਾ। ਘਰ ਵਿਕਣ ਤੋਂ ਕੁਝ ਮਹੀਨੇ ਬਾਅਦ ਘਰ ਦੇ ਅਸਲ ਮਾਲਕ ਜਦੋਂ ਆਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਫਰਾਡ ਦੇ ਨਾਲ ਉਹਨਾਂ ਦਾ ਘਰ ਵੇਚ ਦਿੱਤਾ ਗਿਆ। ਹੁਣ ਇਹਨਾਂ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਖੁਦ ਨੂੰ ਉਸ ਘਰ ਦੇ ਮਾਲਕ ਦੱਸਿਆ ਤੇ ਜਾਲੀ ਕਾਗਜ਼ ਵਰਤੇ। ਪੁਲਿਸ ਨੇ ਕਿਹਾ ਕਿ ਜੇ ਇਹਨਾਂ ਦੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੈ ਤਾਂ 416-808-7310 ਤੇ ਫੋਨ ਕਰਕੇ ਸਾਂਝਾ ਕੀਤਾ ਜਾ ਸਕਦਾ ਹੈ।